ਸਰਕਾਰ ਡਰਤੀ ਹੈ ਹਾਥੀ ਨੋਕ ਕੇ ਕਰਦੀ ਆ, ਜਬ ਜਬ ਸਰਕਾਰ ਡਰਤੀ ਹੈ ਹਾਥੀ ਕੋ ਆਗੇ ਕਰਤੀ ਹੈ। ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ, ਇਹਨਾਂ ਦੀ ਕੀ ਪਰਵਾਹ ਕਰਦੇ ਹਾਂ ਅਸੀਂ। ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਾਹਿਬਾਨਾਂ ਨੇ, ਬਹੁਤ ਕੋਸ਼ਿਸ਼ ਕੀਤੀ ਆ, ਪਰ ਜਦੋਂ ਆਮ ਵਰਕਰ ਪਹੁੰਚ ਗਿਆ, ਅਸੀਂ ਕੋਈ ਕਿਸੇ ਨੂੰ ਝੂਠ ਕਹਿ ਕੇ ਥੋੜ੍ਹੀ ਸੱਦਿਆ, ਅਸੀਂ ਤਾਂ ਗ੍ਰਿਫਤਾਰੀਆਂ ਦੇਣੀਆਂ। ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ, ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ? ਅਤੇ ਜਿਹੜਾ ਤਾਲਾ ਨਾ, ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਤਾਲਾ ਲਾ ਦਿਓ ਪੰਜਾਬ ਨੂੰ, ਅਤੇ ਜੇ ਸਾਡੇ ਤਾਲੇ ਲਾਏ ਤਾਂ FIR ਦਰਜ ਹੋ ਸਕਦੀਆਂ, ਅਤੇ ਫਿਰ ਰਾਘਵ ਚੱਡੇ ਦੇ ਕਹਿਣ 'ਤੇ ਸਾਡੇ 'ਤੇ FIR ਦਰਜ ਹੋ ਸਕਦੀ ਆ, ਅਤੇ CM ਸਾਹਿਬ ਦੇ ਤਾਲਾ ਲਾਏ 'ਤੇ ਉਹਦੇ 'ਤੇ FIR ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? ਉਹਨਾਂ ਦਾ ਕੰਮ MP ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ, ਮੈਂ ਕਿਹਾ ਜੀ ਆ ਪਹੁੰਚ ਗਏ। ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਕਤ, ਹੁਣ ਦਿਖਾਉਣ ਜਗਤ ਜਾਨ ਆ, ਆਸ਼ੀਸ਼ ਵੀ ਆ ਰਹੇ ਹੁਣ। ਚਲੋ ਪੁਲਿਸ ਦਾ ਥੋੜੀ ਇਹ 'ਚ ਕੋਈ ਰੋਲ ਹੁੰਦਾ? ਪੁਲਿਸ ਤਾਂ ਸਭ ਦੀ ਆ, ਉਹ ਤਾਂ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ? ਪੁਲਿਸ ਸਾਡੇ ਭਰਾ ਨੇ, ਪੁਲਿਸ ਵਾਲੇ ਉਹ ਸਾਡੇ ਆ, ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਛ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ, ਤੇ ਇਸ ਕਰਕੇ ਮੈਂ ਕਿਹਾ ਜੀ ਇਕੱਲੇ ਇਕੱਲੇ ਹੋਰ ਦਫ਼ਤਰ ਨੂੰ ਆਹ ਅੰਕੜੇ ਆਏ ਅੱਜ, ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ, ਜਿੰਨਾ ਹਾਲ ਮਾੜਾ ਏ ਅੱਜ ਖਬਰ ਆ, ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ੍ਹ ਲਓ ਵੀ ਸਭ ਤੋਂ ਬੜਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜ੍ਹੋ। ਇੱਥੇ ਪੜ੍ਹਿਓ ਜਰਾ ਵੀ 99ਵੇਂ ਨੰਬਰ 'ਤੇ ਆ, ਆਹ 23 ਡਿਸਟ੍ਰਿਕਟਾਂ 'ਚੋਂ 19ਵੇਂ ਨੰਬਰ 'ਤੇ ਆ ਜਿਹੜਾ ਉਹ ਲੁਧਿਆਣਾ, ਆਹ ਪੜ੍ਹੋ 19ਵੇਂ ਨੰਬਰ 'ਤੇ 23 ਜ਼ਿਲ੍ਹਿਆਂ 'ਚੋਂ ਆ, ਜਿੱਥੇ ਕਿਸ ਦਾ ਲਾਇਸੈਂਸ ਬਣਨ ਨੂੰ, ਕਿਸ ਦਾ ਡੈਥ ਸਰਟੀਫਿਕੇਟ, ਕਿਸ ਦਾ ਜਨਮ ਸਰਟੀਫਿਕੇਟ, ਉਹਨਾਂ ਦੀਆਂ ਤਰੀਕਾਂ ਹੀ ਨਹੀਂਗੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ, ਅਤੇ ਆਹ ਹਾਲ ਆ ਲੁਧਿਆਣੇ ਦਾ। ਅਤੇ ਇਹ ਦਫ਼ਤਰਾਂ ਨੂੰ ਤਾਲੇ ਨਾਲ ਲਾਈਏ ਤਾਂ ਹੋਰ ਕੀ ਕਰੀਏ? ਇਹ ਮੁਹਿੰਮ ਜਾਰੀ ਰਹੂਗੀ। ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ, ਸਰਕਾਰ ਹਾਥੀ ਨੋਕ ਕੇ ਕਰਦੀ ਆ, ਜਬ ਜਬ ਸਰਕਾਰ ਡਰਤੀ ਹੈ ਹਾਥੀ ਕੋ ਆਗੇ ਕਰਤੀ ਹੈ। ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ, ਇਹਨਾਂ ਦੀ ਕੀ ਪਰਵਾਹ ਕਰਦੇ ਹਾਂ ਅਸੀਂ? ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਆ ਅਫਸਰ ਸਾਹਿਬਾਨਾਂ ਨੇ, ਬਹੁਤ ਕੋਸ਼ਿਸ਼ ਕੀਤੀ ਆ, ਪਰ ਜਦੋਂ ਆਮ ਵਰਕਰ ਪਹੁੰਚ ਗਿਆ, ਅਸੀਂ ਕੋਈ ਕਿਸੇ ਨੂੰ ਝੂਠ ਕਹਿ ਕੇ ਥੋੜ੍ਹੀ ਸੱਦਿਆ, ਅਸੀਂ ਤਾਂ ਗ੍ਰਿਫਤਾਰੀਆਂ ਦੇਣੀਆਂ। ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ, ਅਸੀਂ ਕਿਵੇਂ ਪਿੱਛੇ ਰਹਿ ਸਕਦੇ ਹਾਂ? ਅਤੇ ਜਿਹੜਾ ਤਾਲਾ ਨਾ, ਉਹ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਤਾਲਾ ਲਾ ਦਿਓ ਪੰਜਾਬ ਨੂੰ, ਅਤੇ ਜੇ ਸਾਡੇ ਤਾਲੇ ਲਾਏ ਤਾਂ FIR ਦਰਜ ਹੋ ਸਕਦੀਆਂ, ਅਤੇ ਫਿਰ ਰਾਘਵ ਚੱਡੇ ਦੇ ਕਹਿਣ 'ਤੇ ਸਾਡੇ 'ਤੇ FIR ਦਰਜ ਹੋ ਸਕਦੀ ਆ, ਅਤੇ CM ਸਾਹਿਬ ਦੇ ਤਾਲਾ ਲਾਏ ਤੇ ਉਹਦੇ 'ਤੇ FIR ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ? ਉਹਨਾਂ ਦਾ ਕੰਮ MP ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ, ਮੈਂ ਕਿਹਾ ਜੀ ਆ ਪਹੁੰਚ ਗਏ। ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਕਤ, ਹੁਣ ਦਿਖਾਉਣ ਜਗਤ ਜਾਨ ਆ, ਆਸ਼ੀਸ਼ ਵੀ ਆ ਰਹੇ ਹੁਣ। ਚਲੋ ਪੁਲਿਸ ਦਾ ਥੋੜ੍ਹੀ ਇਹ 'ਚ ਕੋਈ ਰੋਲ ਹੁੰਦਾ? ਪੁਲਿਸ ਤਾਂ ਸਭ ਦੀ ਆ, ਉਹ ਤਾਂ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ? ਪੁਲਿਸ ਸਾਡੇ ਭਰਾ ਨੇ, ਪੁਲਿਸ ਵਾਲੇ ਉਹ ਸਾਡੇ ਆ, ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਛ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ, ਤੇ ਇਸ ਕਰਕੇ ਮੈਂ ਕਿਹਾ ਜੀ ਇਕੱਲੇ ਇਕੱਲੇ ਹੋਰ ਦਫ਼ਤਰ ਨੂੰ ਆਹ ਅੰਕੜੇ ਆਏ ਅੱਜ, ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ 'ਚੋਂ 19ਵੇਂ ਨੰਬਰ 'ਤੇ,
ਜਿੰਨਾ ਹਾਲ ਮਾੜਾ ਹੈ ਅੱਜ ਅੱਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ੍ਹ ਲਓ ਵੀ ਸਭ ਤੋਂ ਬੜਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜ੍ਹੋ ਇੱਥੇ ਪੜ੍ਹਿਓ ਜਰਾ ਵੀ ਕਿੰਨਵੇਂ ਨੰਬਰ 'ਤੇ ਆ ਆ 23 ਡਿਸਟ੍ਰਿਕਟਾਂ 'ਚੋਂ 19ਵੇਂ ਨੰਬਰ 'ਤੇ ਆ ਜਿਹੜਾ ਉਹ ਲੁਧਿਆਣਾ ਆ ਪੜ੍ਹੋ 19ਵੇਂ ਨੰਬਰ 'ਤੇ 23 ਜ਼ਿਲ੍ਹਿਆਂ 'ਚੋਂ ਆ ਜਿੱਥੇ ਕਿਸ ਦਾ ਲਾਇਸੈਂਸ ਬਣਨ ਨੂੰ ਕਿਸ ਦਾ ਡੈਥ ਸਰਟੀਫਿਕੇਟ ਕਿਸ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾਂ ਹੀ ਨਹੀਂ ਗੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਅਤੇ ਆਹ ਹਾਲ ਆ ਲੁਧਿਆਣੇ ਦਾ ਅਤੇ ਇਹ ਦਫ਼ਤਰਾਂ ਨੂੰ ਤਾਲੇ ਨਾਲ ਲਾਈਏ ਤਾਂ ਹੋਰ ਕੀ ਕਰੀਏ ਇਹ ਮੁਹਿੰਮ ਜਾਰੀ ਰਹੂਗੀ ਉਹ ਮੈਂ ਕਿਹਾ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ